ਕੰਝੇ ਦਿਵਸ ਮੋਕੇ ਕੈਬਨਿਟ ਮੰਤਰੀ ਲਾਲਚੰਨ ਕਟਾਰੂਚੱਕ ਫਿਰੋਜ਼ਪੁਰ ਵਿਕੇ ਹਰੀਕੇ ਪਤਨ ਪਹੁੰਚੇ ਜਿੱਥੇ ਉਨ੍ਹਾਂ ਵੱਲੋਂ ਅਧਿਕਾਰੀਆਂ ਕੋਲੋਂ ਪੰਛੀਆਂ ਤੇ ਜਾਨਵਰਾਂ ਬਾਰੇ ਜਾਣਕਾਰੀ ਲਈ ਗਈ ਇਸ ਮੋਕੇ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਇਨਸਾਨ ਨੂੰ ਸੁਵਿਧਾਵਾਂ ਦੇਣ ਵਾਸਤੇ ਸਰਕਾਰ ਵੱਲੋਂ ਪ੍ਰਬੰਧ ਕੀਤੇ ਜਾਂਦੇ ਨੇ ਉਸੇ ਤਰ੍ਹਾਂ ਪੰਛੀਆਂ ਦੀ ਦੇਖਰੇਖ ਵਾਸਤੇ ਸਾਨੂੰ ਚੰਗੇ ਢੰਗ ਨਾਲ ਪ੍ਰਬੰਧ ਕਰਨਾ ਚਾਹੀਦੇ ਨੇ ਮંત્રી ਲਾਲਜਨ ਘਟਾਇੂ ਚੱਕ ਨੇ ਕਿਹਾ ਕਿ ਹਰੀਕੇ ਪਤਨ ਵਿਕੇ ਹੁਣ ਟੂਰਿਸਟ ਪਲੇਸ ਬਣਾਈ ਜਾਵੇਗੀ ਜਿਸ ਲਈ ਉਨ੍ਹਾਂ ਵੱਲੋਂ 1 ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਤੇ ਜਿਸ ਤੋਂ 30 ਲੱਖ ਰੁਪਏ ਮੌਕੇ ਤੇ ਵਿਭਾਗ ਨੂੰ ਜਾਰੀ ਕਰ ਦਿੱਤੇ ਗਏ ਹਰੀਕੇ ਪਤਨ ਪੰਜਾਬ ਦੇ ਇਤਿਹਾਸ ਦੇ ਅੰਦਰ ਨਾ ਕੇਵਲ ਦੋ ਦਰਿਆਵਾਂ ਦਾ ਸੰਗਮ ਹੈ ਬਲਕਿ ਸਾਡੇ ਜਜ਼ਬਾਤਾਂ ਦੇ ਬਹੁਤ ਨੇੜੇ ਆ ਹਰਕੇ ਦਾ ਪੰਜਾਬ ਦੇ ਸੱਭਿਆਚਾਰ ਦੇ ਅੰਦਰ ਪੰਜਾਬ ਦੀ ਬੋਲੀ ਚ ਪੰਜਾਬ ਦੇ ਹਰ ਫਿਤਰਤ ਦੇ ਵਿੱਚ ਹਰੀਕੇ ਪੱਤਨ ਦਾ ਜਿਗਰ ਹੈਗਾ ਸੋ ਅੱਜ ਅ ਪੰਛੀ ਦਿਵਸ ਨੂੰ ਸਮਰਪਿਤ ਹਰੀਕੇ ਦੇ ਅੰਦਰ ਵਾਈਲਡ ਲਾਈਫ ਡਿਪਾਰਟਮੈਂਟ ਵੱਲੋਂ ਫੋਰੈਸਟ ਵੱਲੋਂ ਇੱਕ ਬੜਾ ਸ਼ਾਨਦਾਰ ਇਵੈਂਟ ਕੀਤਾ ਗਿਆ ਔਰ ਜਿਹਦੇ ਵਿੱਚ ਮਨੁੱਖੀ ਜੀਵਨ ਨੂੰ ਜਿੱਥੇ ਆਪਣੇ ਆਪ ਦੇ ਵਿੱਚ ਉਹਦੀ ਬਿਹਤਰੀ ਲਈ ਉਹਦੇ ਵਿਕਾਸ ਲਈ ਸਰਕਾਰਾਂ ਯੋਜਨਾਵਾਂ ਬਣਾਉਂਦੀਆਂ ਨੇ ਸੋ ਇਹਦੇ ਨਾਲ ਨਾਲ ਜਿਹੜਾ ਸਾਡਾ ਜੰਗਲਾਤ ਮਹਿਗਮਾ ਤੇ ਜੰਗਲੀ ਜੀਵ ਨੇ ਸਾਡੇ ਜੰਗਲ ਦੇ ਅੰਦਰ ਉਹਨਾਂ ਜੰਗਲੀ ਜਾਨਵਰਾਂ ਦੀ ਜ਼ਿੰਦਗੀ ਨੂੰ ਜਿਹੜੀਆਂ ਚੁਣੌਤੀਆਂ ਨੇ ਸੋ ਉਹਨਾਂ ਦੇ ਹਾਨ ਦੀ ਮਤਲਬ ਉਹਨਾਂ ਨੂੰ ਸਪੇਸ ਦੇਣਾ ਉਹਨਾਂ ਨੂੰ ਇੱਕ ਚੰਗਾ ਵਾਤਾਵਰਨ ਮਿਲੇ ਸੋ ਇਹਦੇ ਲਈ ਜਿਹੜਾ ਵਰਲਡ ਦਿਵਸ ਹੈ ਉਹਨੂੰ ਸਮਰਪਿਤ ਅੱਜ ਇੱਥੇ ਇੱਕ ਫੰਕਸ਼ਨ ਕੀਤਾ ਗਿਆ ਔਰ ਮੇਰੇ ਨਾਲ ਸਾਡੇ ਪੰਜਾਬ ਦੇ ਮਾਨਯੋਗ ਮੰਤਰੀ ਲਾਲਜੀਤ ਭੁੱਲਰ ਜੀ ਜਿਹੜੇ ਇਸ ਇਲਾਕੇ ਦੇ ਰਿਪਰੈਜ਼ੈਂਟੇਟਿਵ ਨੇ ਔਰ ਐਮਐਲਏ ਸਾਡੇ ਲਾਲਪੁਰਾ ਜੀ ਐਮਐਲਏ ਕੁਟਾਰੀਆ ਜੀ ਤੇ ਸਾਡੇ ਤਮਾਮ ਜਿਹੜੇ ਉਹ ਅਧਿਕਾਰੀ ਸਹਿबान ਸੋ ਅਸੀਂ ਮਹਿਸੂਸ ਕਰਦੇ ਆਂ ਵੀ ਮਨੁੱਖੀ ਜ਼ਿੰਦਗੀ ਦੇ ਅੰਦਰ ਜਾਨਵਰਾਂ ਦਾ ਵੀ ਬਹੁਤ ਵੱਡਾ ਰੋਲ ਹੈਗਾ ਆ ਜਾਨਵਰ ਨਾ ਕੇਵਲ ਕੁਦਰਤ ਦੇ ਅੰਦਰ ਸੰਤੋਲ ਰੱਖਦੇ ਆ ਇਹ ਵਾਤਾਵਰਨ ਨੂੰ ਸੁੱਧ ਬਣਾਉਣ ਦੇ ਵਿੱਚ ਵੀ ਆਪਣੀ ਵੱਡੀ ਭੂਮਿਕਾ ਅਦਾ ਕਰਦੇ ਆ ਸੋ ਇਹਨਾਂ ਪੰਛੀਆਂ ਦਾ ਸਾਡੀ ਲੋਕ ਬੋਲੀ ਦੇ ਅੰਦਰ ਸਾਡੇ ਸੱਭਿਆਚਾਰ ਦੇ ਅੰਦਰ ਵੀ ਬੜਾ ਵੱਡਾ ਥਾਂ ਹੈਗਾ ਆ ਸੋ ਅੱਜ ਅਸੀਂ ਇੱਥੋਂ ਪੰਜਾਬ ਦੇ ਲੋਕਾਂ ਨੂੰ ਸੱਦਾ ਦੇ ਰਹੇ ਹਾਂ ਕਿ ਹਰਿਕੇ ਪਤਨ ਜਿੱਥੇ ਦੋ ਦਰਿਆਵਾਂ ਦਾ ਸੰਗਮ ਹੈ ਜਿੱਥੇ ਆਪਾਂ ਜਾ ਕੇ ਆਏ ਹੁਣ ਜਿੱਥੇ ਬਿਆਸ ਤੇ ਸਤਲੁਜ ਆ ਕੇ ਸਿਰ ਜੋੜਦੀਆਂ ਨੇ ਤੇ ਇਥੋਂ ਦਾ ਪਾਣੀ ਜਿਹੜਾ ਪੰਜਾਬ ਦੇ ਵਾਖ ਵਾ ਖੇਤੇ ਦੇ ਅੰਦਰ ਜਾਂਦਾ ਸੋ ਅੱਜ ਇੱਥੇ ਹਰਿਕੇ ਦੇ ਅੰਦਰ ਆ ਕੇ ਬਹੁਤ ਨੇੜੇ ਇਸ ਜਿਹੜਾ ਬੈਡਲੈਂਡ ਹੈਗਾ ਉਹਨੂੰ ਮਤਲਬ ਦੇ ਦੇਖਣ ਦਾ ਮੌਕਾ ਮਿਲਿਆ ਸੋ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਜਿਹੜੇ ਪੰਛੀ ਨੇ ਇੱਕ ਤਾਂ ਘਰੇਲੂ ਵੀ ਨੇ ਜਿਨ੍ਹਾਂ ਨੂੰ ਅਸੀਂ ਰੋਜ਼ ਮਿਲਦੇ ਆ ਅੱਖੀਆਂ ਆਪਣੀ ਅੱਖਾਂ ਨਾਲ ਦੇਖਦੇ ਆ ਇਹਦੇ ਨਾਲ ਨਾਲ ਜਿਹੜੇ ਬਾਹਰੋਂ ਵੀ ਆਉਂਦੇ ਨੇ ਖਾਸ ਕਰਕੇ ਸਰਦੀਆਂ ਦੇ ਮੌਸਮ ਦੇ ਅੰਦਰ ਲਗਭਗ ਹਜ਼ਾਰਾਂ ਦੀ ਗਿਣਤੀ ਜਿਹੜੇ ਆ ਉਹ ਵੱਖ-ਵੱਖ ਤਰ੍ਹਾਂ ਦੇ ਪੰਛੀ ਉਹ ਆਉਂਦੇ ਨੇ ਉਹ ਵੀ ਆਪਣੀ ਰੋਡੀ ਰੋਜੀ ਦੀ ਭਾਲ ਦੇ ਵਿੱਚ ਇੱਥੇ ਸੋ ਅਸੀਂ ਉਹਨਾਂ ਨੂੰ ਵੀ ਦੇਖਿਆ ਹੈਗਾ ਆ ਸੋ ਮੈਂ ਜ਼ਰੂਰ ਹੈ ਅੱਜ ਇਹ ਐਲਾਨ ਕੀਤਾ ਕਿ ਇਸ ਹਰਕੇ ਦੇ ਅੰਦਰ ਦੋ ਤਰ੍ਹਾਂ ਦੀਆਂ ਵੈਲਿਊ ਨੇ ਇੱਕ ਪਾਸੇ ਵਾਈਲਡਲਾਈਫ ਸੈਂਚਰੀ ਆ ਜਿਹਦੇ ਅੰਦਰ ਵੱਖ-ਵੱਖ ਜਾਨਵਰ ਨੇ ਇੱਕ ਪਾਸੇ ਵੈਟਲੈਂਡ ਹੈਗਾ ਜਿਹਦੇ ਅੰਦਰ ਪਾਣੀ ਵਾਲੇ ਜਾਨਵਰ ਨੇ ਸੋ ਇਹਦੀ ਇੱਕ ਇੱਥੇ ਇੰਟਰਪ੍ਰੀਟੇਸ਼ਨ ਸੈਂਟਰ ਬਣੂਗਾ ਹਰਕੇ ਦੇ ਅੰਦਰ ਲਗਭਗ 1 ਕਰੋੜ ਰੁਪਏ ਦੇ ਲੱਗਦੇ ਨਾਲ ਅਸੀਂ ਅੱਜ ਇਹਦਾ ਇਹਦਾ ਇਥੇ ਐਲਾਨ ਵੀ ਕੀਤਾ 30 ਲੱਖ ਰੁਪਏ ਅੱਜ ਜਾਰੀ ਕਰ ਦਿੱਤਾ ਬਾਕੀ ਪੈਸੇ ਜਿਹੜੇ ਆਉਂਦੇ ਦਿਨਾਂ ਦੇ ਵਿੱਚ ਜਾਰੀ ਕੀਤੇ ਜਾਣਗੇ ਸੋ ਮਾਨਜੋਗ ਮੁੱਖ ਮੰਤਰੀ ਜਿਸ ਤਰ੍ਹਾਂ ਪੰਜਾਬ ਨੂੰ ਬੁਲੰਦੀਆਂ ਤੇ ਲਿਜਾਣ ਦੇ ਲਈ ਰੰਗਲਾ ਪੰਜਾਬ ਬਣਾਉਣ ਦੇ ਲਈ ਲਗਾਤਾਰ ਕੰਮ ਕਰ ਰਹੇ ਆ ਅਸੀਂ ਫੋਰੈਸਟ ਡਿਪਾਰਟਮੈਂਟ ਵੱਲੋਂ ਵੀ ਉਸ ਪਾਸੇ ਨੂੰ ਆਪਣਾ ਪੂਰਾ ਯੋਗਦਾਨ ਪਾਉਂਦੇ ਹੋਏ ਪੰਜਾਬ ਦੇ ਲੋਕਾਂ ਨੂੰ ਸੱਦਾ ਦੇ ਰਹੇ ਆ ਵੀ ਉਹ ਹਰਕੇ ਦੇ ਵਿੱਚ ਆ ਕੇ ਜਰੂਰ ਇਹਨੂੰ ਨੇੜੇੋਂ ਦੇਖਣ ਔਰ ਹਰਕੇ ਦੀ ਇੱਕ ਖੂਬਸੂਰਤੀ ਇਹ ਵੀ ਆ ਵੀ ਡਾਲਫਿਨ ਮੱਛੀ ਜਿਹੜੀ ਆ ਉਹ ਕੇਵਲ ਇੰਡੀਆ ਦੇ ਅੰਦਰ ਜਗ੍ਹਾ ਤੇ ਪਾਈ ਜਾ ਰਹੀ ਆ ਤੇ ਉਹ ਹਰਕੇ ਦੇ ਵਿੱਚ ਹੈਗੀ ਆ ਸੋ ਇਹ ਬੜਾ ਖੂਬਸੂਰਤ ਏਰੀਆ ਆ ਇਹਨੂੰ ਟੂਰਿਜ਼ਮ ਦੇ ਪੱਖੋਂ ਵੀ ਡਿਵੈਲਪ ਕਰਨ ਦੇ ਲਈ ਸਰਕਾਰ ਜਿਹੜਾ ਪੂਰਾ ਜੋਰ ਲਾ ਰਹੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ